ਉਹਨਾਂ ਨੇ ਕੀ
ਕਹਿੰਦੇ ਨੇ ਇੱਕ ਸੂਈ ਲਈ ਜਿਸ ਆਸਣ ਤੇ ਬਾਬਾ ਰਾਮ ਰਾਏ ਬੈਠੇ ਸਨ ਜਿਸ ਪੀੜੇ ਤੇ, ਕਹਿੰਦੇ ਉਸ ਦੇ ਅੰਦਰ ਉਹ ਸੂਈ ਜਿਹੜੀ ਹੈ ਉਹ ਚੁਭੋ ਕੇ ਦੇਖੀ ਉਸ ਪੀੜੇ ਦੇ ਅੰਦਰ, ਉਹ ਅੰਦਰ ਉਸਦੀ ਬਿਲਕੁਲ ਮੁੱਕ ਨਹੀਂ ਰਹੀ। ਉਹਨਾਂ ਨੇ ਵਾਪਸ ਸੂਈ ਪਕੜੀ ਤੇ ਜਿਸ ਤੇ ਬੈਠ ਕੇ ਛੋਟੇ ਪਾਤਸ਼ਾਹ ਮਤਲਬ ਬਾਲਾ ਪ੍ਰੀਤਮ ਬੈਠੇ ਸਨ, ਕਹਿੰਦੇ ਨੇ ਉਸ ਦੇ ਵਿੱਚ ਜਦੋਂ ਉਹ ਸੂਈ ਨੂੰ ਚੁਬਾਇਆ, ਕਹਿੰਦੇ ਮੋਮ ਦੇ ਵਿੱਚ ਜਿਵੇਂ ਕੋਈ ਚਲੀ ਜਾਂਦੀ ਹੈ ਨਾ ਪੂਰੀ ਅੰਦਰ ਜਜ ਹੋ ਜਾਂਦੀ ਹੈ। ਸਮਝ ਆ ਗਈ ਜਿਸਦਾ ਹਿਰਦਾ ਇਤਨਾ ਕੋਮਲ ਹੋਵੇਗਾ, ਜਿਸਦੇ ਹਿਰਦੇ ਦੇ ਵਿੱਚ ਜੋ ਜਿਸਨੇ ਆਪਾਂ ਪਾਓ ਪੂਰਾ ਹੀ ਸਮਰਪਿਤ ਕਰ ਦਿੱਤਾ ਉਸ ਰੱਬ ਨੂੰ, ਯਾਨੀ ਚਿੱਤ ਇਤਨਾ ਜੁੜ ਗਿਆ ਹੈ ਉਸ ਵਿੱਚ, ਇੱਥੇ ਮੈਂ ਮੇਰੀ ਸ਼ੇਸ਼ ਹੀ ਨਹੀਂ ਹੈ। ਤੇ ਸਾਰ ਸਮਝੋ ਬਾਬਾ ਰਾਮ ਰਾਏ ਜੀ ਵਿੱਚ ਵੀ ਉਹ ਨੀਤੀ ਨਿਪੁੰਨ ਨੇ, ਸੰਗਤਾਂ ਵਿੱਚ ਬਹੁਤ ਅੱਛਾ ਉਹਨਾਂ ਦਾ ਜੋ ਹੈ ਪ੍ਰਭਾਵ ਹੈ, ਛਾਪ ਹੈ ਉਹਨਾਂ ਦੀ। ਪਰ ਸਾਰ ਸਮਝੋ ਇੱਕ ਹੁੰਦਾ ਹੈ ਕਿ ਸਹਿਜ ਸੁਭਾਏ ਇਸ ਵਿਅਕਤੀ ਦਾ ਉਸ ਅਕਾਰ ਗੁੱਟਣਾ ਜੁੜਨਾ, ਇੱਕ ਹੁੰਦਾ ਹੈ ਸਿਆਣਪਾਂ ਦੇ ਨਾਲ ਆਪਣੀ ਵਾਹਵਾਹੀ ਕਰਨਾ। ਹੁਣ ਬਾਬਾ ਰਾਮ ਰਾਏ ਜੀ ਜੋ ਹੈ ਉਹ ਸਿਆਣਪਾਂ ਦੇ ਨਾਲ ਚਤੁਰਾਈਆਂ ਦੇ ਨਾਲ ਜੋ ਹੈ ਉਹ ਵਾਹਵਾਹੀ ਕਰ ਰਹੇ ਨੇ, ਤੇ ਬਾਲਾ ਪ੍ਰੀਤਮ ਜੋ ਨੇ ਸੱਚੇ ਸੁੱਚੇ ਦਿਲ ਦੇ ਨਾਲ ਉਸ ਰੱਬ ਜੀ ਨਾਲ ਜੁੜੇ ਨੇ। ਘਟਨਾ ਕੀ ਵਾਪਰਦੀ ਹੈ? ਸਾਸੰਗਤ ਜੀ ਉਹ ਔਰੰਗਜ਼ੇਬ ਸਮੇਂ ਦਾ ਬਾਦਸ਼ਾਹ, ਸੱਤਵੇਂ ਪਾਤਸ਼ਾਹ ਦੇ ਸਮੇਂ ਔਰੰਗਜ਼ੇਬ ਨੇ ਗੁਰੂ ਸਾਹਿਬ ਜੀ ਨੂੰ ਦਿੱਲੀ ਬੁਲਾਇਆ। ਗੁਰੂ ਪਾਤਸ਼ਾਹ ਕਹਿੰਦੇ ਨੇ ਅਸੀਂ ਨਹੀਂ ਆ ਸਕਦੇ, ਫਿਰ ਆਪਣੇ ਪੁੱਤਰ ਨੂੰ ਬਾਬਾ ਰਾਮ ਰਾਏ ਨੂੰ ਵੱਡੇ ਪੁੱਤਰ ਨੂੰ ਭੇਜਿਆ, ਨਾਲ ਹੀ ਸਮਝਾਇਆ ਹੈ ਕਿ ਉੱਥੇ ਜਾ ਕੇ ਕਿਸੇ ਦੀ ਖੁਸ਼ਾਮਦ ਨਹੀਂ ਕਰਨੀ, ਕਿਸੇ ਦੇ ਪੈਰ 'ਚ ਨਹੀਂ ਆਉਣਾ, ਅਤੇ ਨਾਲ ਹੀ ਗੁਰੂ ਘਰ ਦੀ ਮਰਿਆਦਾ ਜੋ ਹੈ ਉਸਨੂੰ ਨਹੀਂ ਤੋੜਨਾ, ਉਸਨੂੰ ਨਹੀਂ ਬੰਦ ਕਰਨਾ। ਸੱਤ ਬਚਨ ਕਹਿ ਕੇ ਆਸ਼ੀਸ਼ ਲੈ ਕੇ ਬਾਬਾ ਰਾਮ ਰਾਏ ਚੱਲਦੇ ਗਏ ਨੇ। ਉੱਥੇ ਜਾ ਕੇ ਉੱਥੋਂ ਦੀ ਚੱਕਾ ਚੌਂਕ ਵਿੱਚ ਇਤਨੇ ਪ੍ਰਭਾਵਿਤ ਹੋਏ ਨੇ, ਕਹਿੰਦੇ ਨੇ ਉੱਥੇ ਕਰਾਮਾਤਾਂ ਦਿਖਾਈਆਂ ਨੇ। ਇਤਿਹਾਸਕਾਰ ਲਿਖਦੇ ਨੇ 72 ਕਰਾਮਾਤਾਂ ਦਿਖਾਈਆਂ ਨੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਜਾ ਕੇ, ਅਤੇ ਬੜਾ ਆਪਣਾ ਇੱਕ ਨਾਮਣਾ ਜਿਹਾ ਕੱਟ ਲਿਆ ਹੈ, ਬੜਾ ਮਾਨ ਸਨਮਾਨ ਹੋਇਆ। ਔਰੰਗਜ਼ੇਬ ਨੇ ਕਹਿੰਦੇ ਨੇ ਦੋਨ ਤਾਲਕਾਂ ਦੇਹਰਾਦੂਨ ਦੀ ਜੋ ਜਾਗੀਰ ਹੈ ਇਹਨਾਂ ਦੇ ਨਾਮ ਕਰ ਦਿੱਤੇ, ਪਰ ਫਿਰ ਅਖੀਰ ਵਿੱਚ ਇਹ ਕਿਹਾ ਕਿ ਇੱਕ ਗੱਲ ਸਾਡੇ ਮਨ ਵਿੱਚ ਬੜੀ ਜੁਗਦੀ ਹੈ, ਖਟਕਦੀ ਹੈ। ਔਰੰਗਜ਼ੇਬ ਕਹਿ ਰਿਹਾ ਕਿ ਤੁਹਾਡੇ ਬਜ਼ੁਰਗਾਂ ਨੇ, ਯਾਨੀ ਤੁਹਾਡੇ ਗੁਰੂ ਸਾਹਿਬਾਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੀ ਤੌਹੀਨ ਕੀਤੀ ਹੈ, ਮਿੱਟੀ ਮੁਸਲਮਾਨ ਕੀ ਪੈਰੇ ਪੇ ਘੁੰਮਿਆਰ, ਇਹ ਕਿਉਂ ਲਿਖਿਆ ਹੈ? ਹੁਣ ਬਾਬਾ ਰਾਮ ਰਾਏ ਦੇ ਮਨ ਵਿੱਚ ਇਹ ਆਇਆ ਬਈ ਮੇਰਾ ਇਤਨਾ ਇੱਥੇ ਮਾਣ ਸਤਿਕਾਰ ਹੋਇਆ ਅਤੇ ਮੇਰਾ ਇਤਨਾ ਮਰਤਬਾ ਬਣਿਆ ਪਿਆ ਹੈ, ਅਤੇ ਮੈਂ ਹੁਣ ਕਿਉਂ ਨਾ ਇੱਥੇ ਵੀ ਥੋੜ੍ਹੀ ਜਿਹੀ ਚਾਲ ਚੱਲਾਂ। ਅਤੇ ਉਹਨਾਂ ਨੇ ਉਸ ਵੇਲੇ ਕੀ ਕੀਤਾ ਹੈ ਬਾਬਾ ਰਾਮ ਰਾਏ ਨੇ, ਕਹਿੰਦੇ ਨਹੀਂ 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 ਸਾਡੇ ਬਜ਼ੁਰਗਾਂ ਨੇ ਸਾਡੇ ਗੁਰੂ ਜੀ ਨੇ ਇਹ ਨਹੀਂ ਲਿਖਿਆ, ਉਹਨਾਂ ਨੇ ਲਿਖਿਆ ਮਿੱਟੀ ਬਈ ਮਾਣ ਕੀ ਪੈਣੇ ਪਈ ਹੋਇਆ। ਔਰੰਗਜ਼ੇਬ ਬੜਾ ਖੁਸ਼ ਹੋਇਆ, ਔਰੰਗਜ਼ੇਬ ਸਮੇਂ ਦੇ ਬਾਦਸ਼ਾਹ ਨੂੰ ਬੜਾ ਖੁਸ਼ ਕਰ ਲਿਆ ਹੈ। ਪਰ ਜਿਵੇਂ ਹੀ ਸੰਗਤਾਂ ਨੇ ਇਸ ਗੱਲ ਦਾ ਇਹ ਇਲਮ ਜੋ ਹੈ ਉਹ ਜਾ ਕੇ ਗੁਰੂ ਸੱਤਵੇਂ ਪਾਤਸ਼ਾਹ ਦੇ ਅੱਗੇ ਦੱਸੀ, ਇਹ ਸਾਰੀ ਜੋ ਵਰਤਾਂਤ ਉੱਥੇ ਹੋਇਆ ਹੈ ਜੋ ਘਟਨਾ ਵਾਪਰੀ ਹੈ ਇਹ ਦੱਸਣ ਸਾਰ ਸੱਤਵੇਂ ਪਾਤਸ਼ਾਹ ਨੇ ਰੋਸ ਵਿੱਚ ਆ ਕੇ ਕਹਿ ਦਿੱਤਾ ਕਿ ਸਾਡੇ ਸਨਮੁੱਖ ਨਹੀਂ ਆਉਣਾ, ਆਜੀਵਨ ਸਾਡੇ ਮੱਥੇ ਨਹੀਂ ਲੱਗਣਾ। ਹੋ ਸਕਦਾ
ਕਿਹਾ ਹੈ ਉਹਨਾਂ ਦੀ ਕਰਾਮਾਤਾਂ ਨੂੰ ਤੇ ਗੁਰੂ ਪਾਤਸ਼ਾਹ ਮਾਫ ਕਰ ਦਿੰਦੇ। ਪਰ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਾਲ ਖਿਲਵਾੜ ਇਹ ਹਰਗਿਜ ਵੀ ਬਰਦਾਸ਼ਤ ਨਹੀਂ ਹੋ ਸਕਦਾ ਸੀ। ਇਹ ਉਹੀ ਪਾਵਨ ਬਾਣੀ ਹੈ ਸਾਸਨ ਜੀ, ਉਹ ਪੰਜਵੇਂ ਪਾਤਸ਼ਾਹ ਜਦੋਂ ਸਿਰਜਣਾ ਕਰ ਰਹੇ ਸਨ, ਸੰਪਾਦਨਾ ਕਰ ਰਹੇ ਸਨ ਗੁਰੂ ਗ੍ਰੰਥ ਸਾਹਿਬ ਜੀ ਦੀ, ਉਸ ਵੇਲੇ ਕਾਨਾ ਪੀਲੋ ਹੋਰ ਕਈ ਕਵੀ ਆਏ ਸਨ ਆਪਣੀ ਆਪਣੀ ਰਚਨਾਵਾਂ ਲੈ ਕੇ। ਉਸ ਮਰਿਆਦਾ ਦੀ ਖੜੀ ਨਹੀਂ ਉਤਰੀਆਂ, ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਸਵੀਕਾਰ ਨਹੀਂ ਕੀਤਾ, ਹੈ ਨਾ, ਅਤੇ ਉਹਨਾਂ ਨੂੰ ਵਾਪਸ ਭੇਜ ਦਿੱਤਾ। ਅਤੇ ਇੱਥੇ ਗੁਰੂ ਪਾਤਸ਼ਾਹ ਸੱਤਵੇਂ ਪਾਤਸ਼ਾਹ ਜਿਹੜੇ ਕਿ ਪਾਵਨ ਬਾਣੀ ਨੂੰ ਸੁਣ ਰਹੇ ਸਨ, ਇੱਕ ਦਿਨ ਆਪ ਪਲੰਘ ਦੇ ਵਿਰਾਜਮਾਨ ਸਨ ਅਤੇ ਸਾਸੰਗ ਜੀ ਉਹ ਜਿਵੇਂ ਹੀ ਸੰਗਤਾਂ ਕੀਰਤਨ ਕਰਦੇ ਹੋਏ ਗੁਰੂ ਬਾਣੀ ਦਾ ਉਚਾਰਨ ਕਰਦੇ ਹੋਏ ਹਰੀ ਜਸ ਗਾਉਂਦੀਆਂ ਹੋਈਆਂ ਆਈਆਂ ਅਤੇ ਇਤਨੇ ਕੱਲ ਹੀ ਉਤਰੇ ਸਨ ਅਤੇ ਉਸ ਵੇਲੇ ਸਾਸਵੀਂ ਕਹਿੰਦੇ ਪੈਰ 'ਤੇ ਚੋਟ ਵੀ ਲੱਗ ਗਈ ਸੀ, ਖਾਸੀ ਚੋਟ ਲੱਗੀ ਸੀ ਅਤੇ ਖੂਨ ਵੀ ਵਹਿਣ ਲੱਗ ਗਿਆ ਸੀ। ਪਰ ਫਿਰ ਵੀ ਫਟਾਫਟ ਅਗਲ ਸਤਿਕਾਰ ਦੇ ਨਾਲ ਉਹਨਾਂ ਸੰਗਤਾਂ ਦੇ ਵਿਚਕਾਰ ਜਾ ਕੇ ਅਤੇ ਜਦੋਂ ਸੰਗਤਾਂ ਨੇ ਕਿਹਾ ਕਿ ਆਪ ਜੀ ਕਿਉਂ ਇਤਨੀ ਗੱਲ ਕਰਕੇ ਆਏ, ਤੁਸੀਂ ਆਰਾਮ ਕਰ ਦਿਓ, ਕਹਿੰਦੇ ਨੇ ਗੁਰੂ ਦੀ ਬਾਣੀ ਉਹ ਸਰਕਾਰ ਕੋਲੋਂ ਏਦਾਂ ਹੀ ਬਾਣੀ ਦਾ ਜਾਪ ਸੰਗਤਾਂ ਕਰ ਰਹੀਆਂ ਹੋਣ ਅਤੇ ਮੈਂ ਉਸ 'ਤੇ ਆਰਾਮ ਕਰ ਰਿਹਾ ਹਾਂ, ਇਹ ਮੈਨੂੰ ਨਹੀਂ ਸ਼ੌਕ ਆ। ਤਾਂ ਇਤਨਾ ਪਾਵਨ ਬਾਣੀ ਦਾ ਸਤਿਕਾਰ ਕਰਨ ਵਾਲੇ ਪਰ ਸਾਸਨ ਦੇ ਜੋ ਇੱਥੇ ਮੋਹ ਦੀ ਮਮਤਾ ਦੀ ਤਾਂ ਗੱਲ ਹੀ ਨਹੀਂ ਹੈ। ਇੱਥੇ ਸਾਸਨ ਨੇ ਪੁੱਤਰ ਨੂੰ ਆਪਣੇ ਪੁੱਤਰ ਨੂੰ ਕਹਿ ਦਿੱਤਾ ਆਜੀਵਨ ਸਾਨੂੰ ਆਪਣੀ ਸ਼ਕਲ ਨੂੰ ਦਿਖਾਉਣਾ ਸਾਡੇ ਸਾਨੂੰ ਮੰਗਣਾ, ਇਹੀ ਉਹੀ ਕਾਰਨ ਸੀ। ਅਤੇ ਗੁਰੂ ਪਾਤਸ਼ਾਹ ਨੇ ਹਰ ਤਰਫੋਂ ਯੋਗ ਜਾਣ ਕੇ ਪੰਜ ਸਾਲ ਦੀ ਅਵਸਥਾ ਵਿੱਚ ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਹਨਾਂ ਨੂੰ ਗੁਰੂ ਨਾਨਕ ਗੱਦੀ ਜੋ ਹੈ ਉਹ ਸੌਂਪ ਦਿੱਤੀ। ਹੁਣ ਰਾਮ ਰਾਏ ਦੇ ਮਨ ਵਿੱਚ ਰੋਸ ਹੈ ਅਤੇ ਰਾਮ ਰਾਏ ਨੇ ਜਾ ਕੇ ਹੁਣ ਕਿੱਥੇ ਪਨਾਹ ਲੈਣੀ ਸੀ। ਗੁਰੂ ਪਿਤਾ ਨੇ ਜੇ ਉਹਨੂੰ ਅਸਵੀਕਾਰ ਕਰ ਦਿੱਤਾ, ਨਿਸ਼ੇਧ ਕਰ ਦਿੱਤਾ ਇੱਕ ਦਿਨ, ਹੁਣ ਸਾਸਨ ਜੀ ਜਾ ਕੇ ਫਿਰ ਔਰੰਗਜ਼ੇਬ ਦੇ ਕੋਲ ਜਾਂਦਾ ਹੈ ਕਿ ਤੁਸੀਂ ਨੇ ਮੈਨੂੰ ਇਤਨਾ ਮਾਣ ਸਤਿਕਾਰ ਦਿੱਤਾ ਹੈ ਪਰ ਮੇਰੇ ਪਿਤਾ ਨੇ ਅਬੋਧ ਬਾਲਕ ਨੂੰ ਗੁਰਤਾ ਗੱਦੀ ਦੇ ਦਿੱਤੀ ਹੈ ਜਿਸ 'ਤੇ ਉਹ ਯੋਗ ਹੀ ਨਹੀਂ ਹੈ। ਹਰ ਪੱਖੋਂ ਮੈਂ ਯੋਗ ਹਾਂ ਅਤੇ ਜੇਸ਼ਠ ਪੁੱਤਰ ਹੋਣ ਕਰਕੇ ਇੱਥੇ ਤਾਂ ਜੇਸ਼ਠ ਪੁੱਤਰ ਜਾਂ ਕੋਈ ਪੁੱਤਰ ਹੋਣ ਦੀ ਵੀ ਗੱਲ ਨਹੀਂ ਸੀ ਨਾ ਗੁਰੂ ਘਰ ਵਿੱਚ ਮਰਿਆਦਾ ਵਿੱਚ। ਅਤੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਆਪਣੇ ਸਪੁੱਤਰਾਂ ਨੂੰ ਤਾਂ ਗੱਦੀ ਨਹੀਂ ਦਿੱਤੀ ਨਾ, ਨਾ ਦੂਜੇ ਪਾਤਸ਼ਾਹ ਨੇ, ਨਾ ਤੀਜੇ ਪਾਤਸ਼ਾਹ ਨੇ। ਹੁਣ ਸਾਸੰਗ ਜੀ ਉਹ ਕਹਿੰਦੇ ਨੇ ਇਤਨਾ ਉਸਨੇ ਕਿਹਾ ਔਰੰਗਜ਼ੇਬ ਨੇ, ਤੁਸੀਂ ਕਿਸੇ ਤਰੀਕਾ ਔਰੰਗਜ਼ੇਬ ਨੂੰ ਕਹਿ ਰਹੇ ਕਿ ਤੁਸੀਂ ਕਿਸੇ ਤਰੀਕੇ ਮੇਰੇ ਬ੍ਰਾਹਮਣ ਇੱਥੇ ਬੁਲਵਾਓ, ਤੁਸੀਂ ਆਪ ਪ੍ਰਗਟ ਕਰ ਲਓ ਕਿ ਉਹ ਇਸ ਗੁਰਤਾ ਗੱਦੀ ਦੇ ਯੋਗ ਨੇ। ਹੁਣ ਸਾਸੰਗ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਮਧਿਅਸ ਬਣਾਇਆ ਅਤੇ ਉਹਨੂੰ ਕਿਹਾ ਕਿ ਕਿਸੇ ਤਰੀਕੇ ਉਹਨਾਂ ਨੂੰ ਇੱਥੇ ਬੁਲਾਇਆ ਜਾਵੇ, ਜੋ ਇਹਨੂੰ ਇਨਵੀਟੇਸ਼ਨ ਭੇਜਣਾ। ਅਤੇ ਰਾਜਾ ਜੈ ਸਿੰਘ ਜੀ ਦਾ ਜਦੋਂ ਇਨਵੀਟੇਸ਼ਨ ਔਰੰਗਜ਼ੇਬ ਦੀ ਤਰਫੋਂ ਪਹੁੰਚੀ, ਗੁਰੂ ਪਾਤਸ਼ਾਹ ਨੇ ਬਿਲਕੁਲ ਇਨਕਾਰ ਕਰ ਦਿੱਤਾ ਹੈ ਕਿ ਅਸੀਂ ਆਪਣੇ ਪਿਤਾ ਦੀ ਆਗਿਆ ਨੂੰ ਆਜੀਵਨ ਉਸਦਾ ਜੋ ਪਾਲਣ ਕਰਨਾ ਹੈ, ਅਸੀਂ ਔਰੰਗਜ਼ੇਬ ਦੇ ਨਾਮੋਂ ਲੱਗਣਾ ਹੈ, ਨਾ ਅਸੀਂ ਆਪਣੇ ਦਰਸ਼ਨ ਲੈਣੇ ਸੀ, ਕਿਉਂਕਿ ਪਿਤਾ ਜੀ ਨੇ ਕਿਹਾ ਸੀ ਕਦੇ ਵੀ ਉਸਦੇ ਮੁੱਖ ਨਹੀਂ ਲੱਗਣਾ। ਹੁਣ ਸਾਸੰਗਿਓ ਇਤਨੀ ਗੱਲ ਤੋਂ ਬਾਅਦ ਹੁਣ ਕੀ ਹੋਇਆ ਕਿ ਉੱਥੋਂ ਇਹ ਅਰਜ ਹੋਈ ਕਿ ਸੰਗਤਾਂ ਆਪ ਜੀ ਦੇ ਦੀਦਾਰ ਚਾਹੁੰਦੀਆਂ ਨੇ, ਸੰਗਤਾਂ ਦੀ ਬੇਨਤੀ ਨੂੰ ਆਪ ਪ੍ਰਵਾਨ ਕਰੋ। ਅਤੇ ਹੁਣ ਸੰਗਤਾਂ ਦੀ ਬੇਨਤੀ 'ਤੇ ਪ੍ਰਵਾਨ ਕਰਨੀ ਹੋਈ ਸੀ ਗੁਰੂ ਸਾਹਿਬ ਨੇ ਅਤੇ ਉਸ ਤੋਂ ਬਾਅਦ ਦਿੱਲੀ ਦੇ ਲਈ ਰਵਾਨਾ ਹੁੰਦੇ ਨੇ। ਬਹੁਤ ਸੰਗਤਾਂ ਨਾਲ ਨੇ ਰਸਤੇ 'ਚ ਵੀ, ਬਹੁਤ ਸੰਗਤਾਂ ਜੁੜਦੀਆਂ ਜਾ ਰਹੀਆਂ ਨੇ। ਇਸ ਨੂੰ ਇਹ ਆਲਮ ਗੁਰੂ ਪਾਤਸ਼ਾਹ ਦੇ ਦੀਦਾਰ ਦੇ ਲਈ ਬੜੀ ਸੰਗਤਾਂ ਜੁੜ ਗਈਆਂ ਅਤੇ ਸਾਧ ਸੰਗਤ ਜੋ ਜਦੋਂ ਅੰਬਾਲਾ ਦੇ ਕੋਲੋਂ ਪੰਜਾਬਰਾ ਜਿਹੜਾ ਇੱਕ ਪਿੰਡ ਹੈ ਉੱਥੇ ਪਹੁੰਚੇ ਨੇ, ਉੱਥੇ ਕੁਝ ਵਿਸ਼ਰਾਮ ਲਈ ਰੁਕੇ ਨੇ ਅਤੇ ਉੱਥੇ ਜਦੋਂ ਰੁਕੇ ਨੇ ਤਾਂ ਸਾਧ ਸੰਗਤ ਜੀ ਉਹ ਉੱਥੇ ਇੱਕ ਲਾਲ ਚੰਦ ਨਾਮ ਦਾ ਪੰਡਿਤ ਆਇਆ ਹੈ।
ਬਹੁਤ ਗਿਆਨ ਹੈ ਉਸਨੂੰ, ਪੁਸਤਕੀ ਗਿਆਨ ਬੋਲ ਹੈ। ਤੇ ਉਸ ਲਈ ਉਸਨੇ ਆ ਕੇ ਕਿਹਾ ਵੀ ਆਪ ਜੀ ਦਾ ਨਾਮ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਅਖਵਾਉਂਦੇ ਹੋ ਤੁਸੀਂ, ਤੇ ਸਾਡੇ ਕ੍ਰਿਸ਼ਨ ਭਗਵਾਨ ਹੋਏ ਨੇ, ਉਹਨਾਂ ਨੇ ਗੀਤਾ ਦੀ ਰਚਨਾ ਕੀਤੀ ਹੈ। ਜੇ ਆਪ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਹੋ ਤਾਂ ਤੁਸੀਂ ਗੀਤਾ ਦੇ ਅਰਥ ਕਰਕੇ ਦਿਖਾ ਦਿਓ ਕੁਛ ਲੋਕਾਂ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਅਸੀਂ ਅਰਥ ਕਰਾਂਗੇ ਤੁਸੀਂ ਕਹੋਗੇ ਸ਼ਾਇਦ ਤੁਸੀਂ ਕਦੇ ਪੜ੍ਹੇ ਹੋਣਗੇ। ਜਿਹਨੂੰ ਤੁਹਾਡਾ ਦਿਲ ਕਰਦਾ ਤੁਹਾਡੇ ਪਿੰਡ ਵਿੱਚੋਂ ਉਹਨੂੰ ਲਿਆਓ, ਉਹ ਤੋਂ ਕਰਵਾ ਦਿੰਦੇ ਕਿਹੜੀ ਵੱਡੀ ਗੱਲ ਹੈ। ਹੁਣ ਕਹਿੰਦੇ ਅਭਿਮਾਨੀ ਬੰਦੇ ਦਾ ਅਭਿਮਾਨ ਜਿਹੜਾ ਨਾ ਉਹ ਹੋਰ ਬਣ ਚੁੱਕ ਰਹਿੰਦਾ ਹੈ ਕਿ ਲਓ ਜੀ ਹੁਣ ਤੇ ਸਾਡੀ ਹੋਰ ਮੁਰਾਦ ਪੂਰੀ ਹੋਵੇਗੀ ਤੇ ਇਹਨਾਂ ਦੀ ਬੇਟੀ ਹੋਵੇਗੀ। ਹੁਣ ਉਹ ਛੱਜੋ ਜੀਵਨ ਨੂੰ ਜਿਹੜਾ ਗੂੰਗਾ ਹੈ ਬੈਰਾ ਹੈ, ਉਹ ਨਾ ਸੁਣ ਸਕਦਾ ਹੈ ਨਾ ਬੋਲ ਸਕਦਾ ਹੈ, ਉਸ ਨੂੰ ਅਨਪੜ੍ਹ ਕੰਗੂਰ ਸੋਰੀ ਛੱਜੋ ਜੀਵਨ ਨੂੰ ਲੈ ਕੇ ਆ ਜਾਂਦਾ ਹੈ। ਤੇ ਸਤਸੰਗ ਜੀ ਕਹਿੰਦੇ ਇੱਥੋਂ ਕਰਾਓ ਤੁਸੀਂ ਆ। ਗੁਰੂ ਪਾਤਸ਼ਾਹ ਬਾਲਾ ਪ੍ਰੀਤਮ ਆਪਣੇ ਹੱਥ 'ਚ ਛੜੀ ਰੱਖਿਆ ਕਰਦੇ ਸਨ, ਕਿਰਪਾ ਦ੍ਰਿਸ਼ਟੀ ਕੀਤੀ ਉਹ ਛੜੀ ਛੱਜੋ ਜੀਵਨ ਦੇ ਸਿਰ 'ਤੇ ਰੱਖ ਦਿੱਤੀ। ਕਿਰਪਾ ਦ੍ਰਿਸ਼ਟੀ ਹੋਵੇ ਗੁਰੂ ਦੀ ਪੂਰਨ ਗੁਰੂ ਦੀ, ਤਾਂ ਸਤਸੰਗ ਜੀ ਗੁੰਗੇ ਵੀ ਬੋਲਣ ਲੱਗ ਪੈਂਦੇ ਨੇ, ਬਹਿਤੇ ਵੀ ਸੁਣ ਲੈਂਦੇ ਨੇ, ਅਗਿਆਨੀ ਵੀ ਗਿਆਨੀ ਪੁਰਸ਼ ਹੋ ਜਾਂਦੇ ਨੇ। ਐਸਾ ਹੀ ਹੋਇਆ। ਤੇ ਸਤਸੰਗ ਜੀ ਜਿਹੜੇ ਉਚਾਰਨ ਸਭ ਤੋਂ ਔਖੇ ਸ਼ਲੋਕ ਸਨ ਨਾ ਉਹਨਾਂ ਦਾ ਉਚਾਰਨ ਕੀਤਾ ਵੀ ਇਹਦੇ ਅਰਥ ਦੱਸੋ। ਕਹਿੰਦੇ ਨੇ ਉਹਨੇ ਪਹਿਲੇ ਛੱਜੂ ਜੀਵਨ ਲਈ ਉਹਦਾ ਸ਼ੁੱਧ ਉਚਾਰਨ ਕੀਤਾ, ਫਿਰ ਉਸਦੀ ਇੰਨੀ ਸੋਹਣੀ ਵਿਆਖਿਆ ਕੀਤੀ। ਕਹਿੰਦੇ ਲਾਲ ਚੰਦ ਦਾ ਅਭਿਮਾਨ ਚੱਕਣਾ ਚੂਰ ਹੋ ਗਿਆ, ਗੁਰੂ ਚਰਨਾਂ ਦੇ ਨਤਮਸਤਕ ਹੋ ਗਿਆ, ਉਸੇ ਚਰਨਾਂ ਵਿੱਚ ਦੇਖ ਲਿਆ ਕਿ ਮੈਨੂੰ ਮੁਆਫ ਕਰੋ। ਕਹਿੰਦੇ ਉਹ ਫਿਰ ਗੁਰੂ ਘਰ ਦਾ ਪ੍ਰੇਮੀ ਬਣ ਗਿਆ, ਸ਼ਰਧਾਲੂ ਬਣ ਗਿਆ ਤੇ ਉਹ ਪ੍ਰਚਾਰਕ ਬਣਿਆ ਸਿੱਖੀ। ਤੇ ਉਸ ਤੋਂ ਬਾਅਦ ਸਤਸੰਗ ਜੀ ਜਦੋਂ ਦਿੱਲੀ ਪਹੁੰਚਦੇ ਨੇ, ਰਾਜਾ ਜੈ ਸਿੰਘ ਨੂੰ ਔਰੰਗਜ਼ੇਬ ਨੇ ਕਹਿ ਰੱਖਿਆ ਹੈ ਕਿ ਤੁਸੀਂ ਪਰਖਣਾ ਪਹਿਲੇ ਕਿ ਵਾਕਈ ਇੰਨੀ ਛੋਟੀ ਉਮਰ ਵਿੱਚ ਕੋਈ ਇਸ ਪਰ ਦੇ ਯੋਗ ਹੋ ਸਕਦਾ ਹੈ। ਤਾਂ ਸਤਸੰਗ ਜੀ ਜਦੋਂ ਇਹ ਕਿਹਾ ਨਾ ਤਾਂ ਜਦੋਂ ਔਰੰਗਜ਼ੇਬ ਦੇ ਅਨੁਸਾਰ ਵਿਚਾਰਧਾਰਾ ਉਹਨਾਂ ਦੀ ਸੀ, ਤੇ ਰਾਜਾ ਜੈ ਸਿੰਘ ਨੇ ਆਪਣੀ ਰਾਣੀ ਨੂੰ ਗੋਲੀਆਂ ਵਾਲੇ ਕੱਪੜੇ, ਦਾਸੀਆਂ ਵਾਲੇ ਕੱਪੜੇ ਤੇ ਦਾਸੀਆਂ ਨੂੰ ਗੋਲੀ, ਦਾਸੀਆਂ ਨੂੰ ਰਾਣੀ ਵਾਲੇ ਕੱਪੜੇ ਇਹ ਪਵਾ ਦਿੱਤੇ। ਇਹ ਜਾ ਕੇ ਉਸ ਰਾਣੀ ਦੀ ਜੋ ਅਸਲ ਵਿੱਚ ਰਾਣੀ ਸੀ ਉਹਦੀ ਗੋਦੀ ਵਿੱਚ ਬੈਠ ਜਾਂਦੇ ਨੇ। ਬਾਲਾ ਪ੍ਰੀਤਮ ਦੇ ਪਹੁੰਚ ਗਏ। ਇਹ ਰਾਜਾ ਜੈ ਸਿੰਘ ਦਾ ਬੰਗਲਾ ਸੀ ਜਿੱਥੇ ਹੁਣ ਬੰਗਲਾ ਸਾਹਿਬ ਗੁਰਦੁਆਰਾ ਸੁਸ਼ੋਭਿਤ ਹੈ। ਤੇ ਸਤਸੰਗ ਜੀ ਸਾਰੀਆਂ ਚੀਜ਼ਾਂ ਤੇ ਖੰਡਰ ਹੋ ਗਈ ਉੱਥੇ ਦੇ ਕਿਲੇ, ਪਰ ਅੱਜ ਉਹ ਬੰਗਲਾ ਬੰਗਲਾ ਸਾਹਿਬ ਇਤਨਾ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਸ ਦੀ ਚਰਚਾ, ਤੇ ਜਿੱਥੇ ਸ਼ਰਧਾਲੂ ਆਉਂਦੇ ਨੇ ਮਨ ਮੰਗੀਆਂ ਮੁਰਾਦਾਂ ਪਾਉਂਦੇ ਨੇ। ਹੁਣ ਸਤਸੰਗ ਜੀ ਉੱਥੇ ਸੰਗਤਾਂ ਹੁਣ ਆ ਕੇ ਗੁਰੂ ਪਾਤਸ਼ਾਹ ਦੇ ਦੀਦਾਰ ਵੀ ਆਉਂਦੀਆਂ ਨੇ, ਤੇ ਇਤਫਾਕ ਦੇ ਨਾਲ ਉੱਥੇ ਚੇਚਕ ਦੀ ਮਹਾਮਾਰੀ ਫੈਲ ਗਈ ਹੈ, ਹੈਜਾ ਵੀ ਗਿਆ ਹੈ ਚੇਚਕ ਦੀ, ਤੇ ਪਾਣੀ ਦਾ ਵੀ ਬੜਾ ਅਭਾਵ ਹੋ ਗਿਆ ਹੈ। ਗੁਰੂ ਪਾਤਸ਼ਾਹ ਦੇ ਜੋ ਦੀਦਾਰ ਕਰਦਾ ਹੈ ਉਹ ਤੇ ਨਿਰੋਗ ਹੋ ਜਾਂਦਾ ਹੈ, ਕਿਉਂਕਿ ਗੁਰੂ ਪਾਤਸ਼ਾਹ ਇਹ ਪਾਵਨ ਪੰਕਤੀ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਦਰਜ ਕੀਤੀ ਹੈ ਅਰਦਾਸ ਦੇ ਅੰਦਰ, ਸ਼੍ਰੀ ਹਰਿਕ੍ਰਿਸ਼ਨ ਤਿਆਰੀ ਹੈ ਜਿਸ ਟਿਕਟੇ ਸਭ ਦੋ ਚਾਹੇ, ਜਿਨ੍ਹਾਂ ਦੇ ਦੀਦਾਰ ਮਾਤਰ ਦੇ ਨਾਲ ਸਾਰੇ ਦੁੱਖ ਸੰਤਾਪ ਰੋਗ ਮਾਨਸਿਕ ਸਰੀਰਕ ਸਭ ਮਿਟ ਜਾਂਦੇ ਨੇ। ਹੁਣ ਸਾਸਰੀ ਉਸ ਵੇਲੇ ਤੇ ਕਹਿੰਦੇ ਨੇ ਉਹ ਰੋਗ ਜਿਹੜਾ ਤੇ ਗੁਰੂ ਪਾਤਸ਼ਾਹ ਹੱਥੀ ਸੇਵਾ ਕਰਦੇ ਨੇ, ਰੋਗੀਆਂ ਸੇਵਾ ਕਰਦੇ ਨੇ, ਜਲ ਦਾ ਜਿਹੜਾ ਹੈ ਉਹ ਪ੍ਰਬੰਧ ਕਰਵਾਇਆ, ਸੇਵਾ ਕਰਦੇ ਨੇ, ਸੇਵਾ ਕਰਦੇ ਕਰਦੇ ਕਹਿੰਦੇ ਨੇ ਅਖੀਰ ਵਿੱਚ ਗੁਰੂ ਸਾਹਿਬ ਨੂੰ ਵੀ ਜੋ ਚੇਚਕ ਹੈ ਉਹ ਇਸਦੇ ਨਾਲ ਗੁਰੂ ਪਾਤਸ਼ਾਹ ਹੁਕਮਨਾਮੇ ਜਿਹੜੇ ਜਾਰੀ ਕਰਦੇ ਸਨ ਕੁੜੀ ਮਾਰ ਤੇ ਨੜੀ ਮਾਰ ਨਾਲ ਸੰਬੰਧ ਨਹੀਂ ਰੱਖਣਾ। ਤੇ ਸਤਸੰਗ ਨੇ ਬਹੁਤ ਕੁਛ ਇਤਨਾ ਪ੍ਰਚਾਰ ਕੀਤਾ ਇੰਨੀ ਛੋਟੀ ਜਿਹੀ ਅਵਸਥਾ ਦੇ ਵਿੱਚ
ਕਿਉਂਕਿ ਜੋਤ ਗੁਰੂ ਨਾਨਕ ਪਾਤਸ਼ਾਹ ਦੀ ਲਿਖੀ ਹੈ। ਅਤੇ ਸਤਸੰਗ ਜੀ ਜਦੋਂ ਇਹ ਇਸ ਤਰ੍ਹਾਂ ਹੋਇਆ ਅਤੇ ਜਦੋਂ ਇਹ ਭਿਆਨਕ ਰੋਗ ਨੇ ਬੜਾ ਭਿਆਵੇਂ ਰੂਪ ਧਾਰਨ ਕਰ ਲਿਆ, ਉਸ ਵੇਲੇ ਗੁਰੂ ਪਾਤਸ਼ਾਹ ਨੇ ਇੱਕ ਚੋਚਾ ਬਣਾਇਆ ਜੋ ਅਸੀਂ ਸਰੋਵਰ ਰੂਪ ਵਿੱਚ ਵੇਖਦੇ ਹਾਂ, ਉਸ ਵਿੱਚ ਆਪਣੇ ਚਰਨ ਪਾਏ ਅਤੇ ਕਹਿੰਦੇ ਉਹ ਜਲ ਵੀ ਜਿਹੜਾ ਲੈ ਕੇ ਜਾਂਦਾ ਉਹ ਵੀ ਨਿਰੋਗ ਹੋ ਜਾਂਦਾ। ਅਖੀਰ ਇਹ ਸਤਸੰਗ ਜੀ ਇਹ ਜੋ ਚੇਚਕ ਸੀ ਉਹ ਗੁਰੂ ਪਾਤਸ਼ਾਹ ਨੂੰ ਹੀ ਹੋ ਗਈ ਅਤੇ ਗੁਰੂ ਪਾਤਸ਼ਾਹ ਨੇ ਆਪਣਾ ਅੰਤਿਮ ਸਮਾਂ ਜਾਣ ਕੇ ਨਜ਼ਦੀਕ ਅਤੇ ਫਿਰ ਸਤਸੰਗ ਜੀ ਯਮੁਨਾ ਨਦੀ ਦੀ ਕਿਨਾਰੇ ਉੱਥੇ ਬਾਲਾ ਸਾਹਿਬ ਗੁਰਦੁਆਰਾ ਬਣਿਆ ਹੋਇਆ ਜਿੱਥੇ ਇਹਨਾਂ ਦਾ ਅੰਤਿਮ ਸੰਸਕਾਰ ਹੋਇਆ। ਅਖੀਰ ਵਿੱਚ ਗੁਰੂ ਪਾਤਸ਼ਾਹ ਨੇ ਕਿਹਾ ਬਾਬਾ ਬਸੇਕ ਰਾਮ ਬਕਾਨੀ, ਇਹ ਸੰਕੇਤ ਕਰਕੇ ਕਿ ਨੌਵੇਂ ਪਾਤਸ਼ਾਹ ਜੋ ਕਿ ਬਾਬਾ ਲੱਗਦੇ ਸਨ ਨਾਤੇ ਅਤੇ ਸਤਸੰਗ ਜੀ ਉਹ ਇਸ਼ਾਰਾ ਕਰਕੇ ਸੰਕੇਤ ਕਰਕੇ ਉਹ ਗੁਰਤਾ ਕਦੀ ਸਮਝ ਲਓ ਉਹਨਾਂ ਨੂੰ ਸੁਣ ਕੇ ਅਤੇ ਆਪ ਜੋਤੀ ਜੋਤ ਸਮਾ ਗਏ ਅਤੇ ਉਸ ਪ੍ਰੇਤਮ ਉਸ ਅਕਾਲ ਪੁਰਖ ਵਾਲੀ ਗੁਰ ਦੇ ਵਿੱਚ ਲੀਨ ਹੋ ਗਏ ਨੇ। ਉਸ ਤੋਂ ਬਾਅਦ ਫਿਰ ਨੌਵੇਂ ਪਾਤਸ਼ਾਹ ਜਦੋਂ ਜੋ ਪਰਿਸਥਿਤੀਆਂ ਹੋਈਆਂ ਆਪ ਜਾਣਦੇ ਹੋ ਅਤੇ ਸਤਸੰਗ ਜੀ ਫਿਰ ਨੌਵੇਂ ਪਾਤਸ਼ਾਹ ਗੁਰਤਾ ਕਰਦੇ ਗਿਆ ਹੈ। ਇਸ ਤਰ੍ਹਾਂ ਸਾਰਾ ਜੀਵਨ ਅਤੇ ਮਤਲਬ 8 ਸਾਲ ਦੀ ਉਮਰ ਜਿੱਥੇ ਜੋਤੀ ਜੋਤ ਸਮਾ ਗਏ ਨੇ ਅਤੇ ਇੰਨਾ ਕੁਛ ਮਹਾਨ ਕਾਰਜ ਕਰਕੇ ਅਤੇ ਐਸੇ ਮਾਨਵ ਪ੍ਰੀਤਮ ਦਾ ਜੋ ਆਗਮਨ ਗੁਰਪੁਰਬ ਹੈ ਉਹ ਸੇਵਾ ਦਿਵਸ ਵਿੱਚ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਕਿਉਂਕਿ ਉਹਨਾਂ ਸੇਵਾ ਵਿੱਚ ਸਮਰਪਿਤ ਸੀ, ਉਹਨਾਂ ਦਾ ਜੀਵਨ ਸਿਮਰਨ ਵਿੱਚ ਸਮਰਪਿਤ ਸੀ ਉਹਨਾਂ ਦਾ ਜੀਵਨ। ਵਾਹਿਗੁਰੂ ਸਾਨੂੰ ਸਾਰਿਆਂ ਨੂੰ ਤੌਫੀਕ ਬਖਸ਼ੇ, ਕਿਰਪਾ ਕਰੇ ਅਸੀਂ ਗੁਰੂ ਇਤਿਹਾਸ ਤੋਂ, ਗੁਰੂ ਪਾਵਨ ਬਾਣੀ ਤੋਂ, ਗੁਰੂ ਸਰਖਿਤ ਮਰਿਆਦਾ ਨੂੰ ਆਪਾਂ ਨੂੰ ਕਾਇਮ ਰੱਖਦੇ ਹੋਏ ਅਤੇ ਪਾਵਨ ਬਾਣੀ ਨੂੰ ਉਹ ਦਿਸ਼ਾ ਨਿਰਦੇਸ਼ ਲੈ ਕੇ ਆਪਾਂ ਜੀਵਨ ਵਿੱਚ ਜਨਮ ਕਰ ਸਕੀਏ ਤਾਂ ਉਸੇ ਸਦਕੇ ਇਹ ਲੋਕ ਸੁਖੀ ਹੈ, ਪਰ ਲੋਕ ਸੁਣੀਦੇ ਨਾਨਕ ਸਾਹਿਬ ਆਪਣੇ ਵਿੱਚ ਵਿਵਸਥਾ ਬਣ ਸਕੀਏ। ਭੁੱਲਾਂ ਚੁੱਕਾਂ ਦੀ ਮਹਾਂ ਬਖਸ਼ਿਓ ਜੀ। ਵਾਹਿਗੁਰੂ ਜੀ ਕਾ ਖਾਲਸਾ।